ਇੱਕ ਹੋਰ ਖਬਰ ਆ ਕਿ ਜੀ ਅੱਗੇ ਕਹਿੰਦੇ ਹੁੰਦੇ ਨਾ ਬੰਦੇ ਕਿ ਜੀ ਇਮੀਗ੍ਰੇਸ਼ਨ ਸਾਡਾ ਬੰਦਾ ਲੱਗਾ ਆ, ਜਦੋਂ ਕਿਸੇ ਨੂੰ ਫਰੋਡ ਕਰਨਾ ਹੋਵੇ ਨਾ, ਕਿਸੇ ਤੋਂ ਪੈਸੇ ਪੂਸੇ ਝਾੜਨੇ ਹੋਣ, ਖਾਸ ਤੌਰ ਫੌਜੀ ਭਰਾਵਾਂ ਦੇ ਜਾਂ ਸਟੂਡੈਂਟਾਂ ਤੋਂ, ਤਾਂ ਉਹਦੇ ਵਿੱਚ ਬੈਸਟ ਇਹੀ ਕਿ ਜੀ ਮੇਰਾ ਬੰਦਾ ਨਾ ਲੱਗਾ ਇਮੀਗ੍ਰੇਸ਼ਨ 'ਚ, ਭਾਵੇਂ ਤੁਸੀਂ ਇਮੀਗ੍ਰੇਸ਼ਨ ਦੇ ਕੋਲੋਂ ਵੀ ਨਹੀਂ ਲੰਘੇ ਹੋਵੇ। ਇੱਦਾਂ ਬਹੁਤ ਲੋਕ ਕਹਿੰਦੇ ਕਿ ਮੈਂ ਤੁਹਾਨੂੰ ਵੀਜ਼ਾ ਦਵਾ ਦੂੰ ਤਾਂ ਹੋ ਜੂਗਾ ਕੰਮ, ਮੇਰਾ ਕੰਮ ਹੋ ਜੂਗਾ। ਇੱਦਾਂ ਜੀ ਬਹੁਤ ਹੁਣ ਉੱਲੂ ਖਿੱਚ ਹੋ ਰਿਹਾ ਕੰਮ, ਬਟ ਐਕਚੁਅਲੀ ਇੱਕ ਇਮੀਗ੍ਰੇਸ਼ਨ ਵਾਲੇ ਨੇ ਬੰਦਾ ਫੜਿਆ ਜੋ ਕਿ ਗਲਤ ਵੀਜ਼ੇ ਦੇ ਰਿਹਾ ਸੀਗਾ। ਇੱਕ ਸੈਮੂਅਲ ਸ਼ੋਯੇਜੂ, ਗੈਸ ਇਜ਼ ਨੈਸ਼ਨੈਲਿਟੀ, ਐਥਨਿਕ ਓਰਿਜਿਨ, ਬਟ ਇਫ ਇਜ਼ ਬ੍ਰਿਟਿਸ਼, ਉਹਨੂੰ ਜੇਲ੍ਹ ਕੀਤੀ ਗਈ ਆ ਕਿਉਂ ਉਹਨੂੰ ਫੜਿਆ ਗਿਆ। 2008 'ਚ ਹੋਮ ਆਫਿਸ ਕੰਮ ਕਰਦਾ ਸੀ, ਉਹ ਪੈਸੇ ਲੈ ਕੇ ਵੀਜ਼ੇ ਲਾਉਣ ਲੱਗ ਪਿਆ, ਉਹਨੂੰ ਘੇਰ ਲਿਆ ਉਹਨਾਂ ਨੇ, ਜਦੋਂ 5-6 ਲਾਏ ਅਤੇ ਫੜ ਕੇ ਫਿਰ ਹੁਣ ਉਹਨੂੰ ਜੇਲ੍ਹ ਕੀਤੀ ਆ ਅਤੇ ਜੇਲ੍ਹ ਹੋਊ ਹੁਣ ਉਹਦਾ ਆਪ ਵੀਜ਼ਾ ਵਿਚਾਰਾ ਲਵਾਊ ਜੇਲ੍ਹ 'ਚੋਂ ਨਿਕਲ ਕੇ ਬਾਅਦ। ਇਹਨੂੰ ਕਹਿੰਦੇ ਮਿਸਟਰ ਸੈਮੂਅਲ, ਹੁਣ ਤੈਨੂੰ ਜੇਲ੍ਹ 'ਚ ਜਾਣਾ ਪੈਣਾ।